29 ਮਾਰਗ 2021 ਬਿਕਰਮੀ ਕਰਮ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਪੰਜ ਤਤ ਜਿਸ ਵੇਲੇ ਪ੍ਰਭੂ ਕਿਰਪਾ ਕਰੇ ਆਪ ਹਰੇ ਆਪਣੀ ਦਇਆ ਕਮਾਏਂਦਾ ਅੰਦਰ ਬਾਹਰ ਦਾ ਲੇਖਾ ਕਰਦਾ ਏ ਮੁਆਫ ਸਿਰ ਆਪਣਾ ਹੱਥ ਠਕਾਏਂਦਾ ਅੱਗੇ ਮੰਨੇ ਨਾ ਕੋਈ ਹਿਸਾਬ ਅੱਗੇ ਮੰਗੇ ਨਾ ਕੋਈ ਹਿਸਾਬ ਲੈਣਾ ਆਪਣੇ ਹੱਥ ਰਖਾਏਂਦਾ ਜਿਨ੍ਹਾਂ ਦਾ ਖਰਾਂ ਵਾਲਾ ਨਾਮ ਲਿਖ ਲਿਆ ਵਿੱਚ ਆਪਣੀ ਕਿਤਾਬ ਤਿੰਨਾ ਦਾ ਦੋ ਜਹਾਨਾ ਪੰਧ ਮੁਕਾਏ ਦਾ ਮਾਨਸ ਦੇ ਹੀ ਲੇਖਾ ਬੇਬਾਕ ਪੁਰਖ ਅਬਨਾਸ਼ੀ ਆਪ ਕਰਾਏਂਦਾ ਅੱਗੇ ਦੇਵੇ ਤੁਰਦਾ ਸਾਥ ਰਾਹ ਵਿੱਚ ਨਾ ਕੋਈ ਅਟਕਾਏਂਦਾ ਜਿਸ ਦੁਆਰੇ ਵਸੇ ਪੁਰਖ ਸਮਰਾਥ ਸੱਚ ਸੰਗਾਸਣ ਸੋਭਾ ਪਾਏਂਦਾ ਦੀਵਾ ਬਤੀਕ ਪ੍ਰਕਾਸ਼ ਨੂਰੋ ਨੂਰ ਡਗਮਗਾਏਂਦਾ ਜਨ ਭਗਤਾ ਉੱਥੇ ਕਰੇ ਆਪ ਨਿਵਾਸ ਸੱਚ ਦਵਾਰ ਸਤ ਸੁਹਾਏਂਦਾ ਜੋਤੀ ਜੋਤ ਰੂ ਫਰਾਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਤਰਾਏਂਦਾ ਪੰਜ ਤਤ ਬਖਸ਼ ਦੇਵੇ ਗੁਨਾ ਪੰਜ ਤਤ ਬਖਸ਼ ਦੇਵੇ ਗੁਨਾ ਰਹਿਮਤ ਆਪ ਕਮਾਈਆ ਮਾਰਗ ਤੁਰਦਾ ਦੱਸ ਕੇ ਰਾਹ ਰਸਤੇ ਦੇਵੇ ਪਾਈਆ ਸ਼ਬਦ ਸਰੂਪੀ ਬਨਮਲਾ ਬੇੜਾ ਦੇ ਵਿੱਚ ਚਲਾਈਆ ਤੁਰ ਸੰਦੇਸ਼ਾ ਜਣਾ ਕੇ ਨਾਂ ਢੋਲਾ ਇੱਕ ਪੜਾਈਆ ਕਾਲ ਯੁਗ ਵਿੱਚ ਫੜ ਕੇ ਅੰਤਮ ਬਾਹ ਸਹਾਰਾ ਆਪਣਾ ਦੇਵਖਾਈਆ ਜੋਤੀ ਜੋਤ ਸਰੂਪ ਰਾਬ ਆਪਣੇ ਕਿਰਪਾ ਕਰ ਦੇਵਨਹਾਰਾ ਠੰਡੀ ਛਾਂ ਦਾਤਾ ਇੱਕ ਇੱਕ ਖਵਾਈਆ ਪੰਜ ਤਤ ਬਖਸ਼ ਦੇਵੇ ਕਸੂਰ ਰਹਿਮਤ ਆਪ ਕਮਾਈਆ ਭਗਤਾਂ ਬੇਨੰਤੀ ਕਰ ਮੰਜ਼ੂਰ ਆਸਾ ਆਪਣੇ ਵਿੱਚ ਸਮਾਈਆ ਅੱਗੇ ਹੋਵੇ ਨਾ ਕੋਈ ਮਜਬੂਰ ਮੁਸ਼ਕਲ ਹੱਲ ਕਰਾਈਆ ਸੂਲੀ ਚੜਨਾ ਨਾ ਪਵੇ ਵਾਂਗ ਮਨਸੂਰ ਸ਼ਮਸ ਵਾਂਗ ਨਾ ਖੱਲ ਲੋਹਾਈਆ ਮਾਸ ਕੱਟਣਾ ਨਾ ਪਏ ਕਿਸੇ ਜੰਮੂਰ ਸੀਸ ਧੜ ਅੱਡ ਅੱਡ ਨਾ ਕੋਈ ਕਰਾਈਆ ਕਿਰਪਾ ਕਰੇ ਕੇ ਕਿਰਪਾ ਕਰਕੇ ਸਾਚਾ ਮੇਲ ਮਿਲਾਏ ਆਪ ਮਹਿਬੂਬ ਮੁਹੱਬਤ ਵਿੱਚ ਦੇਵੇ ਵਡਿਆਈਆ ਲੈਣਾ ਦੇਣਾ ਚੁਕਾਏ ਪੰਜ ਭੂਤ ਸੱਚ ਸਬੂਤ ਲਾਏ ਬਣਾਈਆ ਜੋਤੀ ਜੋਤ ਸਰੂਪ ਹਰਾਬ ਆਪਣੀ ਕਿਰਪਾ ਕਰ ਦੇ ਬਨਹਾਰਾ ਸਾਚਾ ਵਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਖੇਲ ਆਪ ਮਿਹਰਬਾਨ ਭਗਤ ਭਗਵਾਨ ਆਪਣੇ ਰੰਗ ਰੰਗਾਈਆ